ਦੇਖੋ ਜੀ, ਕਹਿੰਦੇ ਪੰਜਾਬ ਪੁਲਿਸ ਮਾੜੀ ਹੈ, ਪੰਜਾਬ ਪੁਲਿਸ ਮਾੜੀ, ਪਰ ਜੋ ਇਹਨਾਂ ਨੇ ਆਹ ਪਿਛਲੇ 10-15 ਦਿਨਾਂ ਤੋਂ ਕੰਮ ਕੀਤਾ ਨਾ, ਇਹਨਾਂ ਨੂੰ ਵੀ ਸਲੂਟ ਹੈ। ਬਹੁਤ ਵਧੀਆ ਕਰਿਆ, ਬਹੁਤ ਵਧੀਆ ਕਰਿਆ। ਅਤੇ ਹੁਣ ਕਰਦੇ ਆਪਾਂ ਵੀਡੀਓ ਸ਼ੁਰੂ। ਕਿੱਥੇ ਖੜਾ ਤੇਰਾ ਮਾਸੜ? ਕਿਹੜਾ ਮਾਸੜ ਹੈ? ਨਾਂ ਕਿਆ ਉਹਦਾ? ਨਾਂ ਕਿਆ ਤੇਰਾ ਮਾਸੜ ਦਾ? ਹੈਂ, ਮਾਸੜ ਦੇ ਨਾਂ ਤੇ ਮਸ਼ਹੂਰ ਹੋ ਗਿਆ, ਸਾਰੇ ਪਿੰਡ ਵਾਲੇ ਮਾਸੜ ਮਾਸੜ ਕਹਿ ਕੇ ਬੁਲਾਉਣ ਲੱਗ ਗਏ। ਅੱਜ ਤਰਾ ਤੂੰ, ਹਵਾ ਚੱਲ ਰਹੀ ਹੈ ਬਹੁਤ ਤੇਜ਼। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰੋਜ਼ਮਰਾ ਦੀ ਜ਼ਿੰਦਗੀ ਵਿੱਚ ਜੋ ਕੰਮ ਕਰਦੇ ਹਾਂ ਉਹ ਕਰਨੇ ਪੈਂਦੇ। ਮਲਕੀ ਸੀ ਪੈ ਲੱਗਿਆ ਹੋਇਆ, ਪਿੰਡ ਲੋਸਮੈਂਟ ਹੋਣ ਲੱਗੀ, ਦੇਖਦੇ ਕਿਹਦੀ ਹੁੰਦੀ ਹੈ। ਇੱਧਰ ਆ ਜਾ ਤੂੰ। ਜਿਹੜੀ ਲੋਸਮੈਂਟ ਹੋਈ ਸੀ ਨਾ ਵੀ ਕੋਈ ਆਪਣਾ ਮੇਖਾ ਮਸ਼ੀਨ ਉਹ ਆ ਗਈ ਵੀ ਉੱਥੇ ਤੁਸੀਂ ਪੈਸੇ ਕਢਵਾ ਸਕਦੇ, ਸੱਪ ਨਾਲ ਲੈ ਕੇ, ਸੱਪ ਲੈ ਕੇ ਆਉਂਦਾ ਵਿੱਚ ਨੂੰ ਵੀ ਤੁਸੀਂ ਗੁਰਦੁਆਰੇ 'ਚ ATM ਮਸ਼ੀਨ ਆ ਗਈ ਵੀ ਉੱਥੋਂ ਆ ਕੇ ਤੁਸੀਂ ਪੈਸੇ ਕਢਵਾ ਸਕਦੇ ਕੋਈ ਵੀ ਕਾਰਡ, ਫਿਰ ਵੀ ਬਚਾਓ ਨਾਲ ਹੈਂ। ਵਧੀਆ ਸਿਸਟਮ ਆ, ਸਾਡੇ ਵਰਗੇ ਤਾਂ ਹੈ ਨਹੀਂ, ਬੈਂਕ 'ਚ ਜਾਣਾ ਪੈਣਾ, ਬੈਂਕ 'ਚ ਜਾਣਾ ਪੈਣਾ। ਕਾਹੋਂ ਖੁੱਲ੍ਹਣਾ, ਹਫ਼ਤੇ 'ਚ ਦੋ ਵਾਰੀ ਬੈਂਕ ਖੁੱਲ੍ਹਣਗੇ, ਤਾਂ ਹੀ ਮੈਂ ਕਹਿੰਦਾ ਇਹਨੂੰ ਦੇਖ ਦੇ। ਸੱਪ ਚੱਕੀ ਮੇਰਾ ਮਰਦੀ, ਰਹਿਣ ਦੇ ਤੇਰਾ ਸੱਪ ਘੁੰਮਦਾ ਮੇਰੇ ਕੋਲ ਡੰਗ, ਉਹ ਤਾਂ ਮਾਸੜ ਦੇ ਮਾਰ ਡੰਗ, ਮਾਸੜ ਦੇ ਮਾਰ ਡੰਗ, ਉੱਧਰ ਉੱਧਰ ਵੀਰਾ ਆ ਗਿਆ, ਉੱਧਰ ਉਹਦੇ ਮਾਰ ਡੰਗ ਜਾ ਕੇ। ਇਹ ਸੱਪ ਚੱਕੀ ਫਿਰਦਾ, ਲਾ ਲਾ ਲਾ, ਇਹ ਚੱਲਦਾ ਹੈ ਜ਼ੋਰ ਵਾਲੀ ਮਾਰੀ। ਕਿਆ ਹੋ ਗਿਆ? ਸੱਪ ਟੁੱਟ ਗਿਆ, ਸੱਪ ਟੁੱਟ ਗਿਆ, ਟੁੱਟ ਗਿਆ ਸੱਪ। ਦੇਖੋ ਜੀ, ਇੰਨਾ ਮੌਸਮ ਸਾਫ਼ ਹੋ ਗਿਆ ਇੱਥੇ ਨਾ, 7:30 ਨਾ ਇੱਥੇ ਉਹ ਸਾਹਮਣੇ ਨੈਣਾ ਦੇਵੀ ਵਾਲੀ ਪਹਾੜੀ ਦਿਖਦੀ ਆ, ਜਿਹੜੀ ਮਾਤਾ ਨੈਣੀ ਦਾ ਮੰਦਰ ਨਾ, ਇੱਥੋਂ ਇੰਨਾ ਜ਼ੂਮ ਤਾਂ ਹੈ ਨਹੀਂ ਕੈਮਰੇ ਦਾ। ਐਂ ਨੀਲਾ ਨੀਲਾ ਆਸਮਾਨ, ਗੂੜਾ ਨੀਲਾ ਹੈ। ਓਏ ਗੱਲ ਤਰਕ ਤਾਂ ਨਹੀਂ ਕਰਨੀ ਆ, ਤੂੰ ਜਵਾਨ ਮੁੰਡਾ, ਤੁਹਾਨੂੰ ਪਤਾ ਹੋਣਾ ਚਾਹੀਦਾ ਖ਼ਬਰਾਂ ਬਾਰੇ। ਮੁੰਡਾ ਕਿਤੇ ਜਿੰਨੇ ਬੰਦੇ ਨਾਲ ਗੱਲਾਂ ਕਰਦਾ ਉਨੇ ਮੂੰਹ ਯਾਰ, ਕਹਿੰਦੇ ਜਿੰਨੇ ਮੂੰਹ ਉਨੀਆਂ ਗੱਲਾਂ। ਹਾਂ ਪੁੱਛੇ ਨਾ ਕੋਈ ਬਾਈ ਯਾਰ, ਯਾਰ ਕੋਈ ਕੋਈ ਦੋ ਕਰਨਾ, ਮੈਂ ਆਉਂਦਾ ਖਰਚਾ ਫਿਰ ਸਿੱਧਾ ਘਰ ਨੂੰ ਜਾਈ। ਹੁਣ ਆਰਾਮ ਬੈਠਣ ਨਹੀਂ ਦਿੰਦਾ ਹੈਗਾ ਯਾਰ, ਨੀਲਾ ਪਿਆ, ਨਹੀਂ ਤਾਂ ਪ੍ਰਦੂਸ਼ਣ ਹੀ ਮਾਰੇ ਹੋਏ। ਸ਼ੁੱਧ ਹਵਾ ਏਦਾਂ ਲੱਗਦਾ ਜਿਹੜਾ ਸਵਿਟਜ਼ਰਲੈਂਡ 'ਚ ਹੁੰਦੇ ਆ। ਹਜ਼ੂਰ ਮੈਂ ਬੱਢਾ ਯਾਰ, ਬਾਈ ਜੀ ਚਲਾਉਣਾ ਦਾਤ ਹੈ, ਦਾਤ ਮੈਂ ਆਉਂਦਾ ਚਲਾਉਣਾ ਹੈ। ਇਹ ਤਾਂ ਹੈ। ਪਾਣੀ ਲਾ ਦੇ ਪਾਣੀ, ਬਿੰਦਰ ਬਾਈ ਵੀ ਆ ਗਏ ਇੱਧਰ, ਹਰਵਿੰਦਰ ਬਾਈ ਬਦਲਦਾ ਬਦਲਦਾ ਵਿਹਲੇ ਬੈਠੇ ਹੋ ਵੀ ਕਹਿੰਦੇ, ਵਿਹਲੇ ਬੈਠੇ ਕੰਮ ਆਉਂਦੇ ਫਟਾਫਟ, ਦੇਖਦਾ ਪਸੀਨ ਕਮਲਾ ਪਏ, ਜੇ ਨਾ ਦੋ ਰੱਖੂਗਾ ਤਾਂ ਹੁੱਕੂ ਕਿੱਥੇ। ਬਹੁਤ ਬੁਰਾ ਹਾਲ ਆ, ਮੈਂ ਦੇਖ ਲਿਆ ਬਾਈ ਪਾਣੀ, ਮੈਂ ਕਿਹਾ ਪਹਿਲਾਂ ਕਿਹਾ ਦਾ ਮੈਨੂੰ ਪਾਣੀ ਲਾ ਦੇ, ਹੈ ਕਿੱਦਾਂ ਚੌੜਾ ਹੋਈ ਜਾਂਦਾ ਵੀ ਹੈ। ਹੋਰ ਮੈਂ ਕਿਹਾ 10 ਦਿਨ ਤੱਕ ਬਾਢੀ ਪੈ ਜੂਗੀ ਬਾਈ, ਹੈ ਨਾ,
ਵਾਢੀ ਲੱਗ ਜਾਣੀ ਇੱਧਰ ਦਾਤ ਹੋ ਗਿਆ ਖੁੰਡਾ ਤੇ ਰੇਤੀ ਲੱਗਣ ਲੱਭਣ ਆ ਪਈ ਆ ਮਿਲ ਗਈ ਬਾਈ ਆ ਦੇਖਿਆ ਮੈਂ ਕੈਮਰਾ ਆਨ ਕਰਿਆ ਜਦੋਂ ਚਾ ਮਿਲ ਗਈ ਲੈ ਕੈਮਰਾ ਆਨ ਕਰਨ ਦੀ ਲੋੜ ਨਹੀਂ ਦੇ ਲੈ ਬਾਈ ਕੈਮਰੇ ਕਿੰਨੇ ਗੱਜ ਕੋਈ ਨਹੀਂ ਬਚ ਸਕਦਾ ਮੁੜ ਲਾਈਟ ਆ ਗਈ ਅੱਜ ਦੂਜਾ ਦਿਨ ਹੈ ਹਵਾ ਚੱਲੀ ਆ ਕਣਕਾਂ ਪੱਕ ਗਈਆਂ ਦੇਖ ਲੈ ਦਿਲ ਹਵਾ ਨਾਲੇ ਧੁੱਪਾਂ ਹੀ ਪਈ ਆ ਜਿਹੜੇ ਪੱਛੋਂ ਚੱਲਦੀ ਪੱਛੋਂ ਨਾਲ ਬਹੁਤ ਫਰਕ ਪੈਂਦਾ ਨਿੱਕਾ ਨਿੱਕਾ ਖੋਲਣਾ ਉਹ ਮੋਟਰ ਚੱਲ ਪਈ ਉੱਧਰ ਮੂਹਰੇ ਲੱਗ ਖੁੱਲ੍ਹਾ ਯਾਰ ਉਹ ਕੋਈ ਨਾ ਕਰ ਦੇਣਾ ਬੰਦ ਮਾੜਾ ਮੋਟਾ ਆਉਂਦਾ ਹੁਣ ਇੱਥੇ ਪਾਣੀ ਆ ਜਾਣਾ ਲਓ ਜੀ ਕਾਲੇ ਤੇ ਦੁੱਧ ਲਿਆਈਏ ਤੇ ਚੱਲੇ ਕਾਲੇ ਕੋਲ ਦੁੱਧ ਲੈ ਕੇ ਆਈਏ ਮੈਂ ਨਾ 2 ਕੁਇੰਟਲ ਦੁੱਧ ਲੈ ਕੇ ਜਾਣਾ ਤਾਂ ਫਿਰ ਮੈਂ ਇਹਨੂੰ ਲੈ ਕੇ ਆਇਆ ਨਾਲ ਨਿੰਬੇ ਨੂੰ ਮੈਂ ਸਾਰਾ ਦੁੱਧ ਚੱਕ ਲਿਆ ਕਿਵੇਂ ਨਿੰਬੇ ਠੀਕ ਆ ਬਾਈ ਤੁਹਾਡੇ ਇੱਧਰ ਰੱਖ ਦੇ ਇੱਥੇ ਪਾ ਦੂਗਾ ਸਾਰਾ ਕਾਲਾ ਕਿੱਥੇ ਬੈਠਾ ਆ ਬੀਬੀ ਬੈਠੀ ਇੱਧਰ ਹੈ ਕਿ ਬੀਬੀ ਆ ਉਹ ਕਾਲਾ ਉਹ ਕਿਆ ਕਰੀਏ ਹੁਣ ਬੀਬੀ ਟਾਈਮ ਹੀ ਲੱਗਦਾ ਹੈਗਾ ਕਰੋਨਾ ਵਾਇਰਸ ਨੇ ਘਰ ਤੋਂ ਨਿਕਲਣਾ ਬੰਦ ਕਰਿਆ ਹੋਇਆ ਸਾਡਾ ਕਾਲਾ ਭਾਜੀ ਬੈਠੇ ਕਿੱਦਾਂ ਭਾਈ ਅੱਛਾ ਦੂਰ ਰਹੀਏ ਕਿਵੇਂ ਕਾਲੇ ਹੋਰ ਕੰਮ ਕਰ ਕਿੱਦਾਂ ਚੱਲਦਾ ਉਹ ਕਬੈਨ ਕਬੂਨ ਦਾ ਕਿਆ ਬਣਿਆ ਫਿਰ ਤੇਰਾ ਚੱਲੂ ਬਾਈ ਜਦੋਂ ਸਾਰਾ ਕੁਛ ਬੈਨ ਹੋ ਗਿਆ ਨਾ ਕਾਲੇ 10-10 ਲੀਟਰ ਕੱਲੇ ਕੱਲੇ ਘਰ ਦੇ ਕੇ ਖੋਆ ਮਾਰਿਆ ਬਾਈ ਅਸੀਂ ਨਜ਼ਾਰੇ ਲੱਤੇ ਹੈ ਪੂਰੇ ਦਿਖਾ ਨੀ ਸਕਦੇ ਨਾ ਖੋਆ ਫਿਰ ਅਸੀਂ ਕਹਿੰਦੇ ਲੋਕਾਂ ਨੇ ਕਹਿਣਾ ਵੀ ਇਹ ਖੋਆ ਕੱਢਣ ਲੱਗੇ ਉੱਧਰ ਉਹ ਪਿਆ ਹੋਇਆ ਕਰੋਨਾ ਵਾਇਰਸ ਹੋਇਆ ਹੋਇਆ ਪਿੰਨੀਆਂ ਬਣਾ ਤੀ ਹੈ ਵੈਰੀ ਗੁੱਡ ਚੱਲ ਘੁੰਮ ਗਏ ਕਿੱਧਰ ਚੰਦਪੁਰ ਚੱਲਦੇ ਚੰਦਪੁਰ ਨਿੰਮਾ ਕਹਿੰਦਾ ਥਾਈਲੈਂਡ ਜਾਣਾ ਨਾ ਬਾਈ ਪ੍ਰਾਪਾ ਹਾਲੇ ਨਹੀਂ ਜਾਣਾ ਜਦ ਤੱਕ ਆ ਨਹੀਂ ਲੋਟ ਹੁੰਦਾ ਨਿੰਮਾ ਚੰਦਪੁਰ ਜਾਣਾ ਹੈ ਫੋਨ ਜਣਾ ਤੂੰ ਰੁਕਦਾ ਜਾਣਾ ਚੰਦਪੁਰ ਹਾਂ ਚੰਦਪੁਰ ਕਿਹੜੇ ਕੋਲ ਹੋ ਆ ਆ ਚਾਂਦਾ ਦੇਖ ਲੈ ਪਰ ਦੇਖਦਾ ਨਹੀਂ ਕਿੱਥੇ ਆ ਨੀਲਾ ਆਸਮਾਨ ਨੀਲੇ ਅੰਬਰ ਕਿਵੇਂ ਆ ਬਸ ਠੀਕ ਹੈ ਥੋੜਾ ਸਮਾਨ ਜਿਹੀ ਦਿੱਕਤ ਆ ਗਈ ਲਿਆਂਦਾ ਲਿਆਂਦਾ ਸਪੀਡ ਫੂਡ ਆ ਗਈ ਤੇਰੀ ਸਪੀਡ ਹਲੇ ਹਾਂ ਮੈਂ ਪਹਿਲੇ ਹੀ ਲਿਆਇਆ ਤਾ ਅੱਛਾ ਤਾਂ ਉਧਰ ਬੈਠਦੇ ਆਪਾਂ ਬਾਕੀ ਦੇ ਦਿੰਦੇ ਉਹ ਕਿਵੇਂ ਆ ਭਾਈ ਮੰਗੂ ਕਿੱਦਾਂ ਚੱਲਦੀ ਜ਼ਿੰਦਗੀ ਤੇਰੀ ਲੈ ਕੋਈ ਸੁਣਾ ਕੋਈ ਨਵੀਂ ਤਾਜ਼ੀ ਹੈਂ ਹੈਂ ਕੀ ਚੀਜ਼ ਨਾ ਇੱਕ ਦਿਨ ਦੇ ਹੋਣੇ ਕਾਲੇ 2 ਦਿਨ ਦੇ ਲੈਂਦੇ ਕਾਕਾ 2 ਦਿਨ ਦੇ ਅੱਛਾ ਟਰਾਲੀ ਪਿੱਛੇ ਉਹ ਵੀ ਉਹਦਾ ਜਬਾ ਹੋਤਾ ਯਾਰ ਤੂੜੀ ਥੋੜੀ ਰਹਿ ਗਈ ਇਹਦੇ ਕੋਲ ਦੇਖ ਇੰਨੀ ਕੁ ਤਾਂ ਰਹਿ ਗਈ ਅੱਛਾ ਜਬੀ ਹੈਗੀ ਆ ਜਬੀ ਨੇ ਉਹਦਾ ਕੰਮ ਲਿਆ ਤੂੜੀ ਦਾ ਫਿਰ ਨਿੰਮੇ ਦੀ ਨੀ ਹੁਣ ਦੂਜੀ ਜੜ ਦਿਖਾਉਣ ਲੱਗ ਗਈ ਹੈ ਨਿੰਮੇ ਜਾੜ ਨੀ ਤੇਰੀ ਪੱਟਣ ਦਿੰਦਾ ਜਦ ਤੱਕ ਮੈਂ ਤੇਰੀ ਜਾੜ ਨੀ ਪੱਟਣ ਦਿੰਦਾ ਹੈਗਾ ਉਹਨੂੰ ਪੜਾਉਂਦੇ ਚੱਲਦੇ ਫਿਰ ਹੁਣ ਦੇ ਕਰੋਨਾ ਵਾਇਰਸ ਖਤਮ ਤੇਰੀ ਜਾੜ ਦਾ ਇਲਾਜ ਕਰਾਵਾਂ ਕਿਵੇਂ ਕਾਲੇ ਸੁਣਾ ਕੋਈ
ਬਹਾਲ ਤੂੰ ਖਲ ਚ ਰੋਗੇ ਕੱਟ ਰੋਗੇ ਵਿਆਹ ਰੋ ਬੜੇ ਫਾਇਦੇ ਵੀ ਆ ਤੇ ਨੁਕਸਾਨ ਤੁਹਾਨੂੰ ਪਤਾ ਹਲੇ ਖਾਸਾ ਜ਼ਿੰਦਗੀ ਚਾਹੀਦਾ ਦੁੱਧ ਕੀ ਹੈਗਾ ਹੋਰ ਕਿਆ ਪੈਸੇ ਦੀ ਵੈਲਿਊ ਖਤਮ ਕਰਤੀ ਜਿਹੜੇ ਕਹਿੰਦੇ ਨਾ ਪੈਸਾ 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 ਬਰਾਬਰ ਕਰਦੇ ਉਹ ਬੀਬੀ ਆ ਬੀਬੀ ਬੀਬੀ ਦੇਖਦੀ ਨੀ ਬੀਬੀ ਆ ਜਾ ਬੀਬੀ ਨਹੀਂ ਤੇਰੀ ਫੋਟੋ ਨਹੀਂ ਖਿੱਚਦਾ ਮਸੀ ਮਸੀ ਰਿਸ਼ਤੇ ਦੀ ਗੱਲ ਚੱਲੀ ਤੀ ਜਵਾਨੀ ਫੁੱਟਦੀ ਹੈ ਹਲਦਾ ਮੂੰਹ ਪਰ ਤੂੰ ਨੀ ਕਹਿੰਦਾ ਜਵਾਨੀ ਫੁੱਟਦੀ ਹੈ ਧੱਫੜ ਜੇ ਕੈਫਿਨਸੀ ਆਉਂਦੀ ਹੁੰਦੀ ਬਰੀਕ ਬਰੀਕ ਹੋਣੀ ਸ਼ੁਰੂ ਹੋਈ ਹੈ ਹਲੇ ਕੰਨ ਤਰਸੇ ਪਏ ਜਿਹੜੇ ਹੋਰਨ ਸੁਣਨ ਟੀ ਪੈ ਪੀ ਪੀ ਨਿੰਮੇ ਮੂੰਹ ਨਾਲੇ ਬਾਜਾਂ ਕੱਢਦੇ ਚਾਬੀ ਲਾ ਕੇ ਬਜਾ ਦੇ ਦੋ ਤਿੰਨ ਹੋਰਨ ਯਾਰ ਮੈਂ ਸੁਣ ਲਵਾਂ ਮੈਂ ਤਾਂ ਤਰਸਿਆ ਪਿਆ ਹਾਂ ਇਹੋ ਜਿਹੇ ਬਾਹਰਲੇ ਕੰਟਰੀ 'ਚ ਇੱਦਾਂ ਹੁੰਦਾ ਮੌਸਮ ਨਾ ਕੋਈ ਨਾ ਸੁਣ ਕੋਈ ਬਾਜ ਨਾ ਕੋਈ ਹੋਰ ਨੀ ਇੱਥੇ ਬੇਮਤਲਬ ਇੱਥੇ ਕੋਈ ਲੰਮੀ ਹੋਈ ਟੀ ਪੈ ਭਾਵੇਂ ਹੋਵੇ ਕੋਈ ਨਾ ਹੋਵੇ ਪੱਕੀ ਗੱਲ ਆ ਸਕੂਲ ਵਾਲੇ ਸਵੇਰ ਟਾਈਮ ਲੈਣਾ ਨਹੀਂ ਸਾਡੇ ਨਾ ਮੈਂ ਤੁਹਾਨੂੰ ਦੱਸਦਾ ਸਾਡੇ ਪਿੰਡ ਇੱਥੇ ਜਦੋਂ ਪੁਲਿਸ ਆਉਂਦੀ ਉਹ ਹੂਟਰ ਮਾਰ ਜਿੰਨੇ ਵੀ ਬਾਹਰ ਖੜੇ ਦਾ ਭੱਜਦੇ ਆਲੇ ਦੁਆਲੇ ਨੂੰ ਬਜਾਈ ਮੜੇ ਤੇਰੇ ਬਜਾਈ ਵੱਜਦਾ ਮੈਂ ਦੇਖੇ ਨਿੰਮੇ ਦੇ ਫੋਨ ਕਰਨਾ ਹੁਣ ਦੇਖੇ ਬੱਜੂਗਾ ਨਿੰਮੇ ਨੂੰ ਕਰਦਾ ਫੋਨ ਦੇਖੇ ਨਿੰਮੇ ਹੋਰਨ ਬੱਜੂਗਾ ਦੇਖਿਓ ਨਿੰਮੇ ਨੂੰ ਕਾਲ ਕਰਨ ਲੱਗੇ ਹੁਣ ਮੈਂ ਨਿੰਮੇ ਕੋਲ ਬੈਠਿਆ ਇਹ ਨਿੰਮੇ ਨੂੰ ਫੋਨ ਆ ਮੈਂ ਡਰ ਕੇ ਭੱਜ ਲਿਆ ਉਹ ਦੇਖ ਆ ਗਈ ਪੁਲਿਸ ਆ ਗਈ ਇੱਕ ਵਾਰ ਹਾਂ ਸੁਣਦੇ ਨਾ ਲਾ ਵੀ ਦਿਲ ਨੂੰ ਹੋਰ ਦਰਾਉਂਦਾ ਬੰਦ ਕਰਦੇ ਆ ਕਿਤੇ ਬੰਦੇ ਡਰੇ ਨਾ ਜਾਣ ਉਹ ਕਾਲੇ ਮੈਨੂੰ ਪਾ ਦੁੱਧ ਦੇਖੋ ਕੁਛ ਵੀ ਆ ਪੰਜਾਬ ਪੁਲਿਸ ਨੂੰ ਲੋਕ ਮਾੜਾ ਕਹੀ ਜਾਂਦੇ ਪਰ ਜੋ ਇਹਨਾਂ ਨੇ ਪਿਛਲੇ 10 ਜਾਂ 15 ਦਿਨ ਤੋਂ ਕੰਮ ਕਰਿਆ ਨਾ ਦਿਨ ਰਾਤ 24 ਘੰਟੇ ਡਿਊਟੀ ਕਰਕੇ ਅਤੇ ਆਪਣੇ ਲੋਕਾਂ ਨੂੰ ਬਚਾਇਆ ਬਿਸ ਭਾਵੇਂ ਵਿੱਚ ਕੁੱਟੇ ਵੀ ਆ ਲੋਕ ਡਰਨੇ ਯਾਰ ਇੰਨੇ ਕੁੱਟੇ ਨੀ ਹੈਗੇ ਜਿੰਨੇ ਉਹਨਾਂ ਨੇ ਪੂੜੀਓ ਬਣਾ ਬਣਾ ਕੇ ਆਪ ਵਾਇਰਲ ਕਰਵਾਈਆਂ ਲੋਕਾਂ ਤੇ ਲੋਕਾਂ ਤੱਕ ਜਾਣ ਵੀ ਲੋਕ ਡਰਨ ਅਮਰੀਕਾ ਦੇ ਵਿੱਚ ਖੁੱਲੇ ਛੱਡੇ ਯਾਰ ਕਹਿੰਦੇ ਮਰਦੇ ਮਰੋ ਕਹਿੰਦਾ ਜਾਓ ਜਿਹਨੇ ਜਾਣਾ ਜਿਹਨੇ ਘਰ ਚੜਾ ਕਹਿੰਦੇ ਜਿਹਨੇ ਘਰ ਚੜਾ ਘਰ ਚਰੋ ਜਿਹਨੇ ਬਾਹਰ ਜਾਣਾ ਬਾਹਰ ਜਾਓ ਇਹ ਟੋਟਲੀ ਬੰਦ ਕਰਕੇ ਜਿੱਦਾਂ ਪੰਜਾਬ 'ਚ ਬੰਦ ਹੋਇਆ ਨਾ ਇੱਦਾਂ ਬੰਦ ਕਰਕੇ ਸਾਰਨਾ ਦਾ ਅਤੇ ਇੱਕ ਵਾਰੀ ਫਿਰ ਪੰਜਾਬ ਪੁਲਿਸ ਨੂੰ ਸਿਰ ਝੁਕਦਾ ਜਿੱਦਾਂ ਵੀ ਉਹਨਾਂ ਨੇ ਕੰਮ ਕਰਿਆ ਡੰਡੇ ਨਾਲੇ ਰੁਕਣੇ ਜੇ ਥੋੜ੍ਹੇ ਜਿਹੇ ਬੰਦੇ ਖਾ ਵੀ ਲੈ ਆਪਣੇ ਰੁਕਣੇ ਵਾਲੇ ਨਹੀਂ ਦੇ ਹੈ ਸਾਰੇ ਬੰਦੇ ਕਰਦੇ ਆ ਨਹੀਂ ਤਾਂ ਕੰਮ ਬਹੁਤ ਵੱਧ ਜਾਣਾ ਆਪਣੇ ਜ਼ਿਲ੍ਹੇ ਚ ਨੀ ਆਪਣੇ ਬਾਈ ਸਾਡੇ ਫਿਰ ਵੀ ਅੱਜ ਜੀਰੋ ਚੱਲ ਰਿਹਾ ਹਾਲੇ ਜੀਰੋ ਟੁੱਟੀ ਹੋਰ ਜੀ ਮਿਸਤਰੀ ਸਾਹਿਬ ਕਿਆ ਹਾਲ ਹੈ ਜੀ ਠੀਕ ਠਾਕ ਹੈ ਨਾ ਵਧੀਆ ਜੀ ਚੱਕ ਵੀ ਨੇ ਮੈਂ ਦੁੱਧ
ਬੰਦਾ ਸਪੈਸ਼ਲ ਬੋਡੀ ਗਾਰਡ ਲੈ ਕੇ ਆਇਆ, ਲੋਕ ਚੋਰੀ ਕਰਕੇ ਭੱਜ ਜਾਂਦੇ ਆ। ਜ਼ਿਆਦਾ ਲੰਬੀ ਉੱਚੀ ਕਰਤੀ ਕਹਿੰਦੇ ਜ਼ਿਆਦਾ ਹੈ, ਠੀਕ ਹੈ ਇੰਨੀ ਹੁਣ ਕੰਬਾਈਨ ਵੱਢ ਚੁੱਕਣ ਅੰਦਰ। ਅੱਛਾ ਕਾਲੇ ਨੇ ਵੀ ਇੱਥੇ ਕੰਬਾਈਨ ਵੱਢਦੀ ਹੋਜੂਗੀ। ਉਧਰ ਚੀਨਾ ਕਬੂਤਰ ਬੈਠਾ, ਚੀਨੇ ਆ ਜਾ ਇਧਰ ਨੂੰ, ਇਹਦਾ ਬਹੁਤ ਮਸ਼ਹੂਰ ਬੰਦਾ ਹੋਇਆ ਹੋਇਆ। ਅੱਛਾ ਹੈ ਇੱਧਰ ਪਿੱਛੇ ਤੂੜੀ ਨੂੰ ਹੋ ਜਾਣਾ ਹੈ। ਹਾਂ ਵੀ ਕਾਲੇ ਨੇ ਤੂੜੀ ਨੂੰ ਬਣਾਤਾ ਇੱਧਰ। ਉਹ ਬੈਠਾ ਕੰਪੁਰਗਾ ਹੋਰ। ਬੰਦੇ ਲੱਗ ਲੱਗ ਬਿਠਾਏ ਵੇ ਮੈਂ। ਦੂਰ ਦੂਰ ਬਿਠਾਲੇ ਹੋਏ ਆ ਹੈ। ਨੇੜੇ ਸੰਪਰਕ ਨਾ ਹੋਵੇ ਨਾ ਦਾਸ ਵਿੱਚ। ਜਿੱਦਾਂ ਮੈਂ ਪਹਿਲਾਂ ਕਿਹਾ ਪੰਜਾਬ ਪੁਲਿਸ ਨੂੰ ਸਿਰ ਝੁਕਦਾ ਵੀ ਉਹਨਾਂ ਨੇ 24 ਘੰਟੇ ਡਿਊਟੀ ਕੀਤੀ ਆ, ਸਿਰਫ ਆਪਣੇ ਵਾਸਤੇ ਕੀਤੀ ਆ ਉਹ, ਆਪਾਂ ਨੂੰ ਬਚਾਉਣ ਵਾਸਤੇ। ਐਵੇਂ ਨਾ ਵੀ ਮਾੜਾ ਬੋਹੀ ਕਹੀ ਜਾਏ ਕਰੋ, ਨਹੀਂ ਦਿਨ ਰਾਤ ਉਹਨਾਂ ਨੇ ਇੱਕ ਕਰਿਆ, ਪਹਿਰਿਆਂ ਪਰ ਖੜ੍ਹੇ ਆ, 24 ਘੰਟੇ ਡਿਊਟੀ ਲੱਗੀ ਆ ਵੀ ਦੂਜੇ ਸ਼ਹਿਰ ਦਾ ਬੰਦਾ ਦੂਜੇ ਜਣੇ ਸਾਡੇ ਸ਼ਹਿਰ ਦਾ ਦੂਜੇ ਜਣੇ ਚਲੀ ਜਾਵੇ। ਬੜਾ ਚੰਗਾ ਕੰਮ ਕਰਿਆ ਪੰਜਾਬ ਪੁਲਿਸ ਨੇ ਬਾਈ, ਭਾਵੇਂ ਥੋੜ੍ਹੀ ਕਟਾਈ ਵੀ ਖਾਧੀ ਲੋਕਾਂ ਨੇ, ਮੈਂ ਦੇਖਿਆ ਵੀਡੀਓ 'ਚ ਤੁਸੀਂ ਵੀ ਦੇਖਿਆ ਹੀ ਹੋਣਾ, ਖਾਧੀ ਪਰ ਚੰਗੇ ਵਾਸਤੇ। ਚਲੋ ਬਹੁਤਾ ਨਾ ਕਹਿੰਦੇ ਹੋਏ ਤਾਂ ਵੀਡੀਓ ਬੰਦ ਕਰਦੇ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ। ਮਿਲਦਾ ਫਿਰ ਕਿਸੇ ਅਗਲੀ ਵੀਡੀਓ ਵਿੱਚ। ਚੱਲ 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 ਉਹ ਤਾਂ ਅਮਲਾ ਚਾਚਾ ਵੀ ਚੱਲਿਆ ਘਰ ਨੂੰ, ਤੂੰ ਵੀ ਚੱਲ ਚੱਲ ਬਾ ਚੱਲ 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 ਹੁਣ ਨਹੀਂ ਬੈਠ ਚੱਲ ਚੱਲ ਉਹ ਚੱਲ ਆ ਫਿਰ ਆ ਜੀ ਫਿਰ ਆ ਚਾਹ ਰੋਟੀ ਖਾ ਕੇ ਆ ਜੀ ਰੋਟੀ ਖਾ ਕੇ ਆ ਜੀ ਆ ਜਾ ਚੱਲ ਆ ਜਾ।